ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਕਾਤਲ ਦੇ ਲਈ ਹੁਣ ਨਹੀਂ ਲੱਗਗੇ ਧਾਰਾ 302 ਐਸ ਤਰੀਕ ਤੋਂ ਲੱਗ ਹੋਣਗੇ 39 ਕਾਨੂੰਨਾ ਪਹਿਲੀ ਜੁਲਾਈ ਤੋਂ ਤਨ ਨਵੇਂ ਆਪਰਾਧਿਕ ਕਾਨੂੰਨਾ ਲਾਗੂ ਹੋ ਜਾਣਗੇ ਕੇਂਦਰ ਸਰਕਾਰ ਨੇ ਇਸ ਸਬੰਧਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਹਿਦੇ ਮੱਦੇ ਨਜ਼ਰਾ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਰਾਹੀਂ ਇਹਨਾਂ ਤਨ ਨਵੇਂ ਕਾਨੂੰਨਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਦੱਸ ਰਿਹਾ ਕਿ ਪਹਿਲੀ ਜੁਲਾਈ ਤੋਂ ਆਪੀਸੀ ਜਿਸ ਨੂੰ ਕੇ ਭਾਰਤੀ ਦੰਡ ਸੰਹਿਤਾ ਕਿਹਾ ਜਾਂਦਾ ਹੈ ਦੀ ਥਾਂ ਤੇ ਭਾਰਤੀ ਨਿਆ ਸੰਹਿਤਾ ਲਾਗੂ ਹੋ ਜਾਵੇਗਾ ਇਸੇ ਤਰ੍ਹਾਂ ਕ੍ਰਿਮੀਨਲ ਪ੍ਰੋਸੀਜਰ ਕੋਡਾ Crpc ਦੀ ਧਾਂਤੇ ਭਾਰਤੀ ਸਿਵਲਡ ਫੈਂਸਾ ਕੋਡ ਲਾਗੂ ਹੋ ਜਾਵੇਗਾ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਉਹਨਾਂ ਧਰਾਮਾਂ ਦੇ ਵਿੱਚ ਬਦਲਾਅ ਹੋ ਜਾਣਗੇ ਜੋ ਕਿ ਅਪਰਾਧ ਦੀ ਪਛਾਣ ਬਣ ਗਏ ਸਨ ਜਿਵੇਂ ਕਿ ipc ਦੀ 302 ਜੋ ਕਤਲ ਦੇ ਲਈ ਲਗਾਈ ਜਾਂਦੇ ਹਨ ਹੁਣ 301 ਕਿਹਾ ਜਾਵੇਗਾ ਧਾਰਾ 420 ਜੋ ਕਿ ਧੋਖਾਧੜੀ ਦੇ ਲਈ ਲਗਾਈ ਜਾਂਦੇ ਸੀ ਹੁਣ ਧਾਰਾ 316 ਹੋ ਜਾਵੇਗੀ ਕਤਲ ਦੀ ਕੋਸ਼ਿਸ਼ ਦੇ ਲਈ ਲਗਾਈ ਗਈ ਧਾਰਾ 307 ਨੂੰ ਹੁਣ ਧਾਰਾ 109 ਕਿਹਾ ਜਾਵੇਗਾ ਜਦੋਂ ਕਿ ਬਲਾਤਕਾਰ ਦੇ ਲਈ ਲਾਈ ਜਾਂਦੇ ਧਾਰਾ 376 ਹੁਣ ਧਾਰਾ 63 ਹੋ ਜਾਵੇਗੀ ਹਾਲਾਂਕਿ ਹੈ ਟੈਂਡਰ ਹਨ ਇਸ ਦੇ ਨਾਲ ਸੰਬੰਧਿਤ ਬਵੈਸਤਾਂ ਨੂੰ ਤੁਰੰਤ ਲਾਗੂ ਨਹੀਂ ਕੀਤਾ ਜਾਵੇਗਾ ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਹੁਣ ਹੇਟ ਲਈ ਅਦਾਲਤ ਨੂੰ ਵਾਧ ਤੋਂ ਬਾਅਦ ਤਿੰਨ ਸਾਲਾਂ ਦੇ ਵਿੱਚ ਹਰ ਫੈਸਲਾ ਦੇਣਾ ਹੋਵੇਗਾ ਅਗਲੀ ਖਬਰ ਪੰਜਾਬ ਦੇ ਵਿੱਚ ਵਿਲੇ ਖਾਫਤਕਰਾਂ ਨੂੰ ਵੱਡੀ ਰਾਹਤ ਸਰਕਾਰ ਨੇ ਅਦਾ ਕੀਤਾ ਖਰਚਾ ਸੁਭਾ ਸਰਕਾਰ ਦੇ ਨਿਰਦੇਸ਼ਾਂ ਤੇ ਪੰਜਾਬ ਸਟੇਟ ਆਫ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਘਰੇਲੂ ਅਤੇ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਟੇਟ ਆਫ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਬੀਡੀਐਸਾ ਜੋਇਨਾ ਤਹਿਤ ਬਿਲੀ ਦਾ ਲੋਡ ਵਧਾਉਣ ਵਾਲੇ ਇੱਛਕਾ ਖਪਤਕਾਰਾਂ ਦੇ ਲਈ ਸਿਕਿਉਰਿਟੀ ਰਕਮ ਹੁਣ ਪਹਿਲਾਂ ਨਾਲੋਂ ਅੱਧੇ ਕਰ ਦਿੱਤੀ ਗਈ ਹੈ। ਸਿੱਧੇ ਲਾਪਜਾਨੇ ਵਿੱਚ ਕਿਹਾ ਜਾਵੇ ਤਾਂ ਬਿਜਲੀ ਦੇ ਮੀਟਰ ਦਾ ਕਿਲੋਵਾਟ ਦੇ ਹਿਸਾਬ ਦੇ ਨਾਲ ਲੋਡ ਵਧਵਾਉਣ ਵਾਲੇ ਖਪਤਕਾਰਾਂ ਦੇ ਲਈ ਹੁਣ ਪਾਵਰਕਾਮ ਵਿਭਾਗ ਦੇ ਖਜ਼ਾਨੇ ਦੇ ਵਿੱਚ ਸਿਕਿਉਰਿਟੀ ਰਾਸ਼ੀ ਜਮ੍ਹਾਂ ਕਰਨ ਦੇ ਮਾਮਲੇ ਵਿੱਚ 50% ਦੀ ਕਟੌਤੀ ਕਰ ਦਿੱਤੀ ਗਈ ਹੈ ਮਿਲਸਾਲ ਦੇ ਵੱਜੋਂ ਪਹਿਲਾ ਜਿੱਥੇ ਘਰੇਲੂ ਖਪਤਕਾਰਾਂ ਨੂੰ 2 ਕਿਲੋਵਾਟ ਲੋਡ ਦੇ ਸਮਰੱਥਾ ਵਾਲਾ ਮੀਟਰ ਲਗਵਾਉਣ ਦੇ ਲਈ ਪਾਵਰਕਾਮ ਵਿਭਾਗ ਦੇ ਖਾਤੇ ਦੇ ਵਿੱਚ 450 ਰੁਪਏ ਸਿਕਿਉਰਿਟੀ ਜਮ੍ਹਾਂ ਕਰਵਾਉਣੀ ਪੈ ਰਹੀ ਸੀ ਇਸ ਦੇ ਲਈ ਹੁਣ ਖਾਫਤਕਰ ਨੂੰ ਸਿਰਫ 225 ਰੁਪਏ ਦੇਣੇ ਪੈਣਗੇ ਜੋ ਇਹਨਾਂ ਦੇ ਤਹਿਤ ਤਾਂ ਖਾਫਤਕਰ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਬਾਧੂ ਜੁੜੇ ਲੋੜ ਨੂੰ ਨਿਯਮਤਾ ਕਰਵਾ ਸਕਦੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਕੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚੋਣ ਜਾਬਤੇ ਤੋਂ ਪਹਿਲਾਂ ਪਹਿਲਾ ਪਹਿਲਾ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ ਮੰਤਰੀ ਹਰਜੂਤ ਬੈਂਸ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਅਪ੍ਰੈਲ ਦੇ ਵਿੱਚ ਨਵਾਂ ਵਿਦਿਆਰਥੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਜਸ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਮਾਰਚ ਮਹੀਨੇ ਹੀ ਅਧਿਆਪਕਾਂ ਤੇ ਮੁਲਾਇਮਾਂ ਦੇ ਤਬਾਦਲੇ ਕਰਨ ਦਾ ਐਲਾਨ ਕੀਤਾ ਹੈ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਮਾਨ ਸਰਕਾਰ ਅਧਿਆਪਕਾਂ ਦੇ ਨਾਲ ਅਧਿਆਪਕਾਂ ਦੇ ਬਦਲੇ ਦੇ ਮੰਗ ਨੂੰ ਮੰਨਦੇ ਹੋਏ ਜੂਨ ਦੇ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇੱਥੇ ਅਧਿਆਪਕਾ 12 ਤੋਂ 19 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਵੱਡੀ ਖਬਰ ਔਰਤਾਂ ਨੂੰ ਮਿਲੇਗੇ 1 ਲੱਖ ਰੁਪਏ ਦੇ ਸਾਲਾਨਾ ਸਹਾਇਤਾ ਰਾਸ਼ੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਔਰਤਾਂ ਦੇ ਲਈ ਪੰਜ ਯੋਜਨਾਵਾਂ ਦਾ ਐਲਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ ਨਾਰੀ ਨਿਆਂ ਗਰੰਟੀ ਯੋਜਨਾ ਦਾ ਵਾਅਦਾ ਕੀਤਾ ਸੀ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਸੋਸ਼ਲ ਮੀਡੀਆ ਤੇ ਆਦਾ ਐਲਾਨ ਕੀਤਾ ਤੇ ਇਸ ਤਹਿਤ ਕਾਂਗਰਸ ਨੇ ਗਰੀਬ ਔਰਤਾਂ ਨੂੰ ਹਰ ਸਾਲ ਦੇ ਵਿੱਚ 1 ਲੱਖ ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਸਰਕਾਰੀ ਨਿਯੁਕਤੀਆਂ ਦੇ ਵਿੱਚ ਔਰਤਾਂ ਨੂੰ ਅਧੇ ਅਧਿਕਾਰ ਦਿੱਤੇ ਜਾਣਗੇ ਕਾਂਗਰਸ ਨੇ ਪੰਜ ਸਕੀਮਾਂ ਦਾ ਕੀਤਾ ਐਲਾਨ ਮਹਾ ਲక్ష్ਮੀ ਗ੍ਰਾਂਟੀ ਇਸ ਤਹਿਤ ਗਰੀਬਾ ਪਰਿਵਾਰ ਦੇ ਹਰ ਇੱਕ ਔਰਤ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਅਧਿਆਵਾਦੀ ਪੂਰਾ ਅਧਿਕਾਰ ਇਸ ਤਹਿਤ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਦੇ ਵਿੱਚ ਔਰਤਾਂ ਨੂੰ ਅਧੇ ਅਧਿਕਾਰ ਮਿਲਣਗੇ ਸ਼ਕਤੀ ਦਾ ਸਨਮਾਨ ਇਸ ਸਕੀਮ ਦੇ ਤਹਿਤ ਅੰਗਣਵਾੜੀ ਆਸ਼ਾ ਤੇ ਮੈਡ ਡੇ ਮੀਲ ਵਰਕਰਾਂ ਦੇ ਮਾਸਿਕ ਤਨਖਾਹ ਦੇ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ। ਅਧਿਕਾਰ ਮੈਤਰੀ ਐਸ ਦੇ ਤਹਿਤ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਮਦਦ ਪ੍ਰਦਾਨ ਕਰਨ ਦੇ ਲਈ ਅਧਿਕਾਰ ਮੈਤਰੀ ਵਜੋਂ ਹਰੇਕ ਪੰਚਾਇਤ ਵਿੱਚ ਇੱਕ ਪੈਰਾਲੀਗਲ ਯਾਨੀ ਕਿ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ। ਸਬਿਤਰੀ ਬਾਈ फुले ਹੌਸਟਲ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਕਮ ਕਾਜੀ ਔਰਤਾਂ ਦੇ ਲਈ ਘੱਟੋ ਘਾਟੇ ਇੱਕ ਹੌਸਟਲ ਬਣਾਏ ਜਾਵੇਗਾ ਤੇ ਇਹਨਾਂ ਹੌਸਟਲਾਂ ਦੀ ਸੰਖਿਆ ਪੂਰੇ ਦੇਸ਼ ਭਰ ਦੇ ਵਿੱਚ ਦੁੱਗਣੀ ਕੀਤੀ ਜਾਵੇਗੀ। ਅਗਲੀ ਖਬਰ ਹੈ ਪੰਜਾਬ ਪੁਲਿਸ ਨੇ ਕਾਂਸਟੇਬਲ ਦੇ ਨਤੀਜੇ ਕੀਤੇ ਜਾਰੀ। ਇੱਦਾਂ ਚੈੱਕ ਕਰੋ ਨਤੀਜੇ। ਤਾਂ ਦੋਸਤੋ ਪੰਜਾਬ ਪੁਲਿਸ ਨੇ ਕਾਂਸਟੇਬਲ ਦੇ ਅਹੁਦੇ ਦੇ ਲਈ ਲਈ ਗਈ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੇ ਆ ਤੇ ਪੰਜਾਬਪੁਲਿਸ.gib.in ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਪੰਜਾਬ ਪੁਲਿਸ ਆ ਕਾਂਸਟੇਬਲ ਆ ਭਾਰਤੀ ਪ੍ਰੀਖਿਆ ਦੇ ਲੈਕ ਤੇ ਇਮਤਿਹਾਨ ਦੇ ਨਤੀਜੇ 23 ਨਵੰਬਰ ਨੂੰ ਘੋਸ਼ਿਤ ਕੀਤੇ ਗਏ ਸਨ ਤੇ ਚੁਣੇ ਗਏ ਉਮੀਦਵਾਰਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਮਾਪ ਟੈਸਟ ਦلے ਸੱਦਿਆ ਗਿਆ ਸੀ ਜੋ ਕਿ 5 ਤੋਂ ਲੈ ਕੇ 15 ਦਸੰਬਰ ਦੇ ਵਿਚਕਾਰ ਅਜੋਜ ਤੱਕ ਕੀਤਾ ਗਿਆ ਸੀ। ਇਹ ਹਦਾਦ ਲਈ ਐਡਮਿਟਾ ਕਾਰਡ 27 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ ਪੀਐਸਈ ਵਿਦਿਆ ਸਕੂਲਾਂ ਅਤੇ ਵੱਡਾ ਐਕਸ਼ਨ ਆਵ ਵਿਦਿਆਰਤਾਂ ਦੇ ਰੀਸਟਰੇਸ਼ਨ ਦਾ ਦਸਤਾਵੇਜ਼ 28 ਮਾਰਚ ਤੱਕ ਜਮ੍ਹਾਂ ਕਰਵਾਉਣ ਦੇ ਹੁਕਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਕੂਲਾਂ ਤੇ 56 ਕਸਾ ਪੀਐਸਈ ਵਿਦ ਬਲੌਂ ਸਟੂਡੈਂਟਸ ਦੇ ਰੀਸਟਰੇਸ਼ਨ ਦਾ ਦਸਤਾਵੇਜ਼ 28 ਮਾਰਚ ਤੱਕ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਜੇਕਰ ਇਸ ਦੇ ਵਿੱਚ ਦੇਰੀ ਹੋ ਜਾਂਦੀ ਆ ਤਾਂ ਇਸ ਦੇ ਬਦਲੇ ਫੀਸ ਸਭ வசੂਲੀ ਜਾਵੇਗੀ ਸਿੱਖਿਆ ਵਿਭਾਗ ਨੂੰ 9ਵੀਂ ਅਤੇ 11ਵੀਂ ਕਲਾਸ ਦੇ ਵਿਦਿਆਰਤਾਂ ਦੇ ਰਜਿਸਟ੍ਰੇਸ਼ਨਾਂ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਿਆਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਹਨਾਂ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਤੇ ਸਿਕੰਜਾ ਕਸੇ ਜਿਨ੍ਹਾਂ ਨੇ ਸੈਸ਼ਨ 2023-24 ਦੇ ਲਈ 9ਵੀਂ ਅਤੇ 11ਵੀਂ ਜਮਾਤ ਦੇ ਵਿੱਚ ਆ ਬਾਹਰਲੇ ਸੂਬਿਆਂ ਜਾਂ ਹੋਰਾਂ ਬੋਰਡਾਂ ਤੋਂ ਦਾਖਲਾ ਲੈਣ ਵਾਲੇ ਵਿਦਿਆਰਤਾਂ ਦੀ ਰਜਿਸਟ੍ਰੇਸ਼ਨਾਂ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ ਹੁਣ ਸਾਰੇ ਦਸਤਾਵੇਜ਼ 28 ਮਾਰਚ ਤੱਕ ਹੈੱਡਕੁਆਰਟਰ ਨੂੰ ਜਮ੍ਹਾਂ ਕਰਵਾਉਣੇ ਹੋਣਗੇ। ਅਗਲੀ ਖਬਰ ਆ ਮਨੋਹਰ ਲਾਲ ਖੱਟਰਾ ਬਣ ਸਕਦੇ ਹਨ ਪੰਜਾਬ ਦੇ ਨਵੇਂ ਰਾਜਪਾਲ। ਤਾਂ ਦੋਸਤੋ ਹਰਿਆਣਾ ਦੇ ਸਾਬਕਾ ਮੱਖ ਮੰਤਰੀ ਮਨੋਹਰ ਲਾਲ ਨੇ ਉਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲਿਆ ਕਿ ਭਾਪਾ ਹਾਈ ਕਮਾਂਡ ਉਹਨਾਂ ਨੂੰ ਪੰਜਾਬ ਦਾ ਨਵਾਂ ਰਾਜਪਾਲ ਬਣਾ ਸਕਦੇ ਹਨ ਮਨੋਹਰ ਲਾਲ। ਵਿਧਾਇਕ ਹੁੰਦਿਆਂ ਰਾਜਪਾਲ ਨਹੀਂ ਬਣ ਸਕਦੇ ਇਹ ਲਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਜੇਕਰ ਭਾਈਪਾ ਇਹ ਜੂਆ ਖੇਡਦੇ ਹੁੰਦਾ ਇਸ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਖਿੱਚੋ ਤਣ ਵਧੇਗੀ ਤਹਿਤ ਦੇ ਸਮੇਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰਧਾਨ ਤੇ ਪ੍ਰੂਹਤਾ ਤੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਵਿੱਚ ਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਹੁਣ ਜੇਕਰ ਮਨੋਹਰ ਲਾਲ ਨੂੰ ਇਹ ਜ਼ਿੰਮੇਵਾਰੀ ਮਿਲਦੀ ਤਾਂ ਪੰਜਾਬ ਦੇ ਰਾਜਪਾਲ ਦੇ ਵਜੋਂ ਉਹ ਚੰਡੀਗੜ੍ਹ ਦੇ ਨਾਲ ਨਾਲ ਹਰਿਆਣਾ ਤੇ ਵੀ ਨਜ਼ਰ ਰੱਖਣਗੇ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤਾ ਨੇ 2 ਫਰਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦਰਪਰਦੇ ਮਰਮੋ ਨੂੰ ਭੇਜੇਗੇ ਆਪਣੇ ਅਸਤੀਫੇ ਦੇ ਪੱਤਰ ਦੇ ਵਿੱਚ ਉਹਨਾਂ ਨੇ ਅਹੁਦਾ ਛੱਡਣ ਦਾ ਕਾਰਨ ਨਿੱਜੀ ਦੱਸਿਆ ਸੀ ਪਰ ਰਾਜਪਾਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਨਵਜੋਤ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣਾਂ ਕਾਂਗਰਸ ਦੇ ਸਾਹਮਣੇ ਸਾਫ਼ ਕੀਤਾ ਰੱਖਾ ਤਾਂ ਦੋਸਤੋ ਨਵਜੋਤ ਸੰਘਾ ਸਿੱਧੂ ਲੋਕ ਸਭਾ ਚੋਣਾਂ ਨਹੀਂ ਲੜਨਗੇ ਸੂਤਰਾ ਨੇ ਇਸ ਸਬੰਦੇ ਜਾਣ ਕਰ ਦਿੱਤੇ ਹੈ ਨਵਜੋ ਸੰਘਾ ਸਿੱਧੂ ਦਾ ਕਹਿਣਾ ਹੈ ਕਿ ਉਹ ਪਰਿਵਾਰਕ ਕਾਰਨਾਂ ਦੇ ਕਰਕੇ ਚੋਣਾਂ ਨਹੀਂ ਲੜਨਗੇ ਉਤੇ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਕਾਂਗਰਸ ਟੈਗਟ ਦੇ ਸਕਦਾ ਹੈ ਤੇ ਅਸਤਾਇਤ ਮਨੀਸ਼ ਛੱਤਵਾੜੀ ਨੂੰ ਚੰਡੀਗੜ੍ਹ ਤੋਂ ਟੈਗਟ ਮਿਲ ਸਕਦਾ ਹੈ ਇਸ ਦੇ ਨਾਲ ਹੀ ਸਾਬਕਾ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟੈਗਟ ਮਿਲ ਸਕਦਾ ਹੈ ਅਗਲੀ ਖਬਰ ਹੈ ਸਿਆਮਨ ਦੇ ਪੁਲਿਸ ਸਬੂਕ ਭਾਗ ਦੇ ਨਾਲ ਹਾਈ ਲੈਵਲ ਮੀਟਿੰਗ ਦਾ ਲੋਕ ਸਭਾ ਚੋਣਾਂ ਦੇ ਵਿੱਚ ਕਾਨੂੰਨ ਆਪਵਸਥਾ ਨੂੰ ਲੈ ਕੇ ਦਿੱਤੀਆਂ ਸਖਤ ਹਦਾਇਤਾਂ ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਕੱਲ ਲੁਧਿਆਣਾ ਪੁਲਿਸ ਲਾਈਨ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀਐਮਾ ਮਾਨ ਨੇ ਤਿੰਨ ਮੌਕਾ ਬਿੰਦੂਆਂ ਤੇ ਕੰਮ ਕਰਨ ਦੇ ਲਈ ਕਿਹਾ ਸੀਐਮਾ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਲਈ ਕਾਨੂੰਨ ਆਪਵਸਥਾ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਮੀਟਿੰਗ ਦੇ ਵਿੱਚ ਕਹਿ ਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਾਸਾ ਤਸਕਰੀ ਦੀ ਸੰਭਾਵਨਾ ਤੇ ਕਈ ਵੱਡੇ ਤਸ਼ਕਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨਗੇ ਤੇ ਉਹਨਾਂ ਦੇ ਫੜੇ ਜਾਣ ਤੇ ਬੈਕਵਾਰਡ ਲੈਂਕ ਤਲਾਸ਼ੇ ਜਾਣ ਤਾਂ ਜੋ ਇਹਨਾਂ ਲੋਕਾਂ ਦੇ ਚੈਨ ਨੂੰ ਤੋੜਿਆ ਜਾ ਸਕੇ ਮੀਟਿੰਗ ਦੇ ਤਿੰਨ ਮੁੱਖ ਬਿੰਦੂ ਲੋਕ ਸਭਾ ਚੋਣਾਂ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਚੈਕਿੰਗ ਦੇ ਦੌਰਾਨ ਸਾਰਿਆਂ ਦੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਚੂਨਾ ਦੌਰਾਨ ਨਸ਼ਾ ਤਸਕਰੀ ਦੇ ਸੰਭਾਵਨਾ ਪੜੇ ਜਾਂਦੇ ਵੈਕਵਾਰਡ ਲਿੰਕਸ ਨੂੰ ਤਲਾਸ਼ਿਆ ਜਾਵੇ ਤਾਂ ਜੋ ਪੂਰੀ ਚੈਨ ਨੂੰ ਤੋੜਿਆ ਜਾ ਸਕੇ ਤੀਸਰਾ ਫੋਕਸ ਬਿਲਕੁਲ ਨਿਰਪੱਖ ਬਿਨਾ ਭੇਰ ਭਾਵ ਦੇ ਚੂਨਾ ਹੋਣਾ ਲਾਇਸੈਂਸ ਵੈਪਨੀ ਦਾ ਸੀਜ਼ਰ ਦੇ ਨਾਲ ਨਾਲ ਹੋਰ ਵੀ ਹੁਕਮਾਂ ਦੀ ਸ਼ਕਤੀ ਦੇ ਨਾਲ ਪਾਲਣਾ ਕੀਤੀ ਜਾਵੇ ਅਗਲੀ ਖਬਰ ਹੈ ਕਿ ਸਾਨ ਆਗਵਾ ਨੇ ਕੀਤਾ ਵੱਡਾ ਐਲਾਨ ਸ਼ੁਭ ਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਕਰਨਗੇ ਯਾਤਰਾ ਜਾਨੋ ਪੂਰਾ ਪਲਾਨ ਕਿਸਾਨ ਅੰਦੋਲਨ ਦਾ 2 ਦੇ 30ਵੇਂ ਦਿਨ ਕਿਸਾਨ ਮਜ਼ਦੂਰ ਮੋਰਚਾ ਤੇ ਯੂਨਾਈਟਿਡ ਕਿਸਾਨ ਮੋਰਚਾ ਨੇ ਇਤਿਹਾਸਕ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਕਾਮਰੇ ਡਾਣੂ ਸਮਰਪਿਤ ਅਹਿਮ ਫੈਸਲੇ ਲਏ ਪ੍ਰੈਸ ਨੂੰ ਜਾਣਕਾਰ ਦਿੰਦਾ ਕਿਸਾਨ ਆਗੂ ਸਰਬੰਨ ਸੰਗ ਪੰਦੇਰਾ ਜਗਜੀਤ ਸਿੰਘ ਅੱਡੇਬਾਲ ਅਮਰਜੀਤ ਸੰਗ ਮੋਰੀ ਮਨਜੀਤ ਸੰਗ ਕੁੰਮਣ ਆਭਿਮਾਨਿਓ ਕਹਾੜਾ ਲਖਵਿੰਦਰ ਸਿੰਘ ਆਲਕਾ ਬਲਦੇਵ ਸਿੰਘ ਸਰਸਾ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਬਹਿਸੀ ਜ਼ਬਰ ਅਤੇ ਸ਼ਾਂਤਮਈ ਕਿਸਾਨਾਂ ਤੇ ਕੀਤੇ ਗਏ ਅਤਿਆਚਾਰ ਨੂੰ ਭਾਰਤ ਵਿੱਚ ਉਜਾਗਰ ਕਰਨ ਲਈ 15 ਮਾਰਚ ਨੂੰ ਦੋਵੇਂ ਮੰਚਾਂ 'ਤੇ ਆਗੂ ਸ਼ਹੀਦਾਂ ਸ਼ਬ ਕਰਨ ਦੇ ਜੱਦੇ ਪਿੰਡਾ ਵੱਲੋਂ ਜ਼ਿਲ੍ਹਾ ਬਟਿੰਡਾ ਤੋਂ ਦੇਸ਼ ਵਿਆਪੀ ਸ਼ਹੀਦੀ ਕਲਸ ਯਾਤਰਾ ਸ਼ੁਰੂ ਕਰਨਗੇ ਇਸ ਦੇ ਵਿੱਚ 16 ਮਾਰਚ ਤੋਂ ਹਰਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ 22 ਮਾਰਚ ਨੂੰ ਮਾਜਰਾ ਪਿਆਉ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਮੋੜੀ ਮੰਡੀ ਦੇ ਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਆਯੋਜਿਤ ਜਨਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟਾ ਕੀਤੇ ਆਵਗੇ ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸਰਕਾਰ ਦੇ ਅਤਿਆਚਾਰਾਂ ਦੇ ਵਿਰੋਧਾ ਕੱਢੇ ਜਾਣ ਦੀ ਅਪੀਲ ਕੀਤੀ ਪਾਕਿਸਤਾਨੀ ਬੈਂਕ ਦਾ ਕਾਰਨਾਮਾ ਛਾਪੇ 1000 ਰੁਪਏ ਦੇ ਜਾਲੀ ਨੋਟਾ ਵੀਡੀਓ ਹੋਈ ਵਾਇਰਲ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਪਾਕਿਸਤਾਨ ਨੇ ਹਾਲ ਹੀਰ ਵਿੱਚ ਜਾਲੀ ਕਰੰਸੀ ਨੂੰ ਰੋਕਣ ਦੇ ਇਰਾਦੇ ਦੇ ਨਾਲ ਨਵੇਂ ਨੋਟਾ ਛਾਪਣ ਦਾ ਫੈਸਲਾ ਕੀਤਾ ਸੀ ਪਰ ਕੀ ਹੋਵੇਗਾ ਜਦੋਂ ਪਾਕਿਸਤਾਨੀ ਬੈਂਕ ਹੀ ਨਕਲੀ ਨੋਟਾ ਛਾਪਣਾ ਸ਼ੁਰੂ ਕਰ ਦੇਵੇ ਸੁਣਨ ਦੇ ਵਿੱਚ ਅਜੀਬ ਲੱਗ ਸਕਦਾ ਪਰ ਬੈਂਕ ਆਫ ਪਾਕਿਸਤਾਨ ਨੇ ਕਹ ਜ ਅਧਿਹਾਇ ਕੀਤਾ ਹੈ ਜਹਦੇ ਕਾਰਨ ਦੇਸ਼ ਭਰ ਦੇ ਵਿੱਚ ਹੁਣ ਹਾਸਾ ਮਜ਼ਾਕ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇ ਜਿਸ ਦੇ ਨਾਲ ਵਾਇਰਲ ਹੋ ਰਿਹਾ ਹੈ ਜਦ ਬੈ ਚੱਕ ਵਿਅਕਤੀ ਆਪਣੇ ਆਪ ਨੂੰ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਮਾਡਲ ਕਲੋਨੀ ਸ਼ਾਖਾ ਦਾ ਮੈਨੇਜਰ ਦੱਸ ਰਿਹਾ ਵੀਡੀਓ ਦੇ ਵਿੱਚ ਆ ਵਿਅਕਤੀ ਨੂੰ 1000 ਰੁਪਏ ਦੇ ਦੋ ਨੋਟਾ ਫੜੇ ਹੋਏ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦੇ ਪਿਛਲੇ ਪਾਸੇ ਕੋਈ ਪ੍ਰਿੰਟਿੰਗ ਨਹੀਂ ਹੈ ਹੈਰਾਨੀ ਦੇ ਗੱਲ ਇਹ ਹੈ ਕਿ ਗਲਤ ਛਾਪੇ ਜਾਣ ਦੇ ਬਾਵਜੂਦ ਆ ਇਹ ਨੋਟ ਆਮ ਲੋਕਾਂ ਤੱਕ ਪਹੁੰਚ ਗਏ ਮੰਗਲਵਾਰ ਨੂੰ ਇਹ ਵੀਡੀਓ ਸਾਹਮਣੇ ਆਉਂਦੇ ਦੇਸ਼ਪਾਰ ਦੇ ਵਿੱਚ ਹਲਚਲ ਮਚ ਗਈ ਸਟੇਟ ਆ ਬੈਂਕ ਆਫ ਆ ਪਾਕਿਸਤਾਨ ਨੂੰ ਜਲਦਬਾਜ਼ੀ ਦੇ ਵਿੱਚ ਜਾਂਚ ਦਾ ਐਲਾਨ ਕਰਨਾ ਪਿਆ ਵੀਡੀਓ ਦੇ ਵਿੱਚ ਕਿਥਾ ਤਾਂ ਮੈਨੇਜਰ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਹੁਣ ਤੱਕ ਅਜੇ ਕਿੰਨੇ ਬੰਡਲ ਭੇਜੇ ਗਏ ਹਨ ਸਾਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਗਾਹਕ ਇਸ ਨੂੰ ਵਾਪਸ ਕਰਨ ਦੇ ਲਈ ਸਾਡੇ ਕੋਲ ਆ ਤੇ ਉਸ ਤੋਂ ਬਾਅਦ ਉਹ ਵਿਅਕਤੀ ਇੱਕ ਮੇਜ਼ ਵੱਲ ਵਧਿਆ ਤੇ ਜਿੱਤੇ ਇੱਕ ਹੋਰ ਕਰਮਚਾਰੀ ਨਕਲੀ ਨੋਟਾਂ ਦੇ ਬੰਡਲ ਦੀ ਜਾਂਚ ਕਰ ਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਕਰਮਚਾਰੀ ਨੋਟਾਂ ਬਦਲਦਾ ਹੈ ਤਾਂ ਇੱਕ ਤੋਂ ਬਾਅਦ ਇੱਕ ਸਾਰੇ ਪਿੱਛੇ ਤੋਂ ਖਾਲੀ ਨਿਕਲਦੇ ਹਨ